ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਰਗਾੜੀ ਦੇ ਵਿੱਚ ਜੋ ਮੋਰਚਾ 1 ਜੂਨ ਤੋਂ ਜਾਰੀ ਆ, ਉਸ ਦੇ ਨਾਲ ਤੁਹਾਡੇ ਨਾਲ ਫਿਰ ਇੱਕ ਵਾਰ ਅਸੀਂ ਆਵਾਜ਼ੇ ਕੌਮ ਟੀਵੀ ਵੱਲੋਂ ਜੁੜ ਚੁੱਕੇ ਹਾਂ। ਇਸ ਵੇਲੇ ਜਿਹੜਾ ਤੁਸੀਂ ਦ੍ਰਿਸ਼ ਵੇਖ ਰਹੇ ਹੋ, ਸਿੱਖ ਸੰਗਤਾਂ ਜਿਹੜੀਆਂ ਮੋਰਚੇ 'ਚ ਸ਼ਾਮਿਲ ਹੁੰਦੀਆਂ, ਉਹਨਾਂ ਲਈ ਲੰਗਰ ਪ੍ਰਸ਼ਾਦੇ ਦੀ ਜਿਹੜੀ ਸੇਵਾ ਵਾ, ਨੇੜਲੇ ਇਲਾਕੇ ਤੋਂ ਸਿੱਖ ਆਣ ਕੇ ਕਰਦੇ ਆ। ਸਿੱਖ ਸੰਗਤਾਂ ਦੀ ਵੱਡੀ ਗਿਣਤੀ ਇਸ ਵੇਲੇ ਬਰਗਾੜੀ ਦੇ ਵਿੱਚ ਪਹੁੰਚੀ ਹੋਈ ਆ। ਹਜ਼ਾਰਾਂ ਦੀ ਗਿਣਤੀ ਕਹਿਣੀ ਹੋਵੇ ਤਾਂ ਕੋਈ ਅਤਕਥਨੀ ਨਹੀਂ। ਆਸੇ ਪਾਸੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਾਧਨ ਆ ਉਹ ਦਿਸ ਰਹੇ ਆ, ਜਿਸ ਵਿੱਚ ਸਿੱਖ ਸੰਗਤਾਂ ਪ੍ਰਸ਼ਾਦਾ ਛਕ ਰਹੀਆਂ ਵਾ। ਤੁਹਾਨੂੰ ਇੱਕ ਦ੍ਰਿਸ਼ ਦਿਖਾਉਂਦੇ ਆ ਕਿ ਜਿਹੜੇ ਕੌਮ ਦੇ ਅਸਲ ਆਗੂ ਹੁੰਦੇ ਆ ਉਹ ਸੰਗਤ ਦੇ ਵਿੱਚ ਵਿਚਰਦੇ ਆ। ਜਸਦਰ ਭਾਈ ਧਿਆਨ ਸਿੰਘ ਮੰਡ, ਤੁਸੀਂ ਵੇਖ ਰਹੇ ਹੋ ਕਿ ਸਾਹਮਣੇ ਸੰਗਤ ਰੂਪ ਦੇ ਵਿੱਚ ਪ੍ਰਸ਼ਾਦਾ ਛਕ ਰਹੇ ਆ, ਇਸ ਮੋਰਚੇ ਨੂੰ ਲੀਡ ਕਰ ਰਹੇ ਆ। ਤੇ ਇਹ ਹੁੰਦੀ ਆ ਕਿ ਜਿਹੜੀ ਸਾਦਗੀ ਸਾਨੂੰ ਗੁਰੂ ਸਾਹਿਬ ਨੇ ਬਖਸ਼ੀ ਆ ਕਿ ਚਾਹੇ ਤੁਸੀਂ ਕਿਸੇ ਵੀ ਮੁਕਾਮ ਤੇ ਹੋਵੋ, ਤੇ ਜਿਹੜਾ ਸਾਦਾਪਨ ਆ, ਕੋਈ ਸੰਗਤ ਤੋਂ ਵੱਖਰਾ ਪ੍ਰਸ਼ਾਦਾ ਨਹੀਂ, ਕੋਈ ਬਿਲਕੁਲ ਜਿਸ ਤਰ੍ਹਾਂ ਆਮ ਸਿੱਖ ਸੰਗਤਾਂ ਛਕਦੀਆਂ ਉਸੇ ਤਰੀਕੇ ਨਾਲ ਜਸਦਰ ਭਾਈ ਧਿਆਨ ਸਿੰਘ ਮੰਡ ਇੱਥੇ ਪ੍ਰਸ਼ਾਦਾ ਛਕ ਰਹੇ ਆ। ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਇੱਥੇ ਹਾਜ਼ਰ ਹੋਈਆਂ। ਨੇੜਲੇ ਇਲਾਕੇ ਦੇ ਜਿਹੜੇ ਸਿੱਖ ਨੇ ਉਹ ਇੱਥੇ ਪ੍ਰਸ਼ਾਦਾ ਜਿਹੜਾ ਪਹੁੰਚਾ ਰਹੇ ਆ, ਅਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੀਆਂ ਸਿੱਖ ਸੰਗਤਾਂ ਉਹ ਇੱਥੇ ਪ੍ਰਸ਼ਾਦਾ ਛਕਦੀਆਂ, ਅਤੇ ਸੈਂਕੜੇ ਜਿਹੜੇ ਨੇ ਸੇਵਾਦਾਰ ਉਹ ਲੰਗਰ ਵਰਤਾਉਣ ਦੀ, ਲੰਗਰ ਪਹੁੰਚਾਉਣ ਦੀ ਸੇਵਾ ਵਿੱਚ ਲੱਗੇ ਹੋਏ ਆ। ਇੱਥੇ ਹੁਣ ਆਪਾਂ ਨਾਲ ਗੱਲਬਾਤ ਵੀ ਕਰਨੀ ਆ, ਜਿਹੜੇ ਇੱਥੇ 4 ਮੰਗਾਂ ਨੂੰ ਲੈ ਕੇ ਮੋਰਚਾ ਜਿਹੜਾ ਜਾਰੀ ਆ। ਮੇਰੇ ਨਾਲ ਸਰਦਾਰ ਸੁਖਰਾਜ ਸਿੰਘ ਹਾਜ਼ਰ ਨੇ। 4 ਮੰਗਾਂ ਨੇ ਇਸ ਮੋਰਚੇ ਦੀਆਂ ਕਿ ਜਿਹਦੇ ਵਿੱਚ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਫੜਨਾ, ਅਤੇ ਉਸ ਦੇ ਨਾਲ ਨਾਲ 14 ਅਕਤੂਬਰ 2015 ਨੂੰ ਜਿਹੜੀਆਂ 2 ਸਿੱਖਾਂ ਦੀ ਸ਼ਹਾਦਤ ਹੋਈ ਅਤੇ ਦਰਜਨਾ ਜਿਹੜੇ ਸਿੱਖ ਸੀ ਉਹ ਜ਼ਖਮੀ ਹੋਏ ਜਦੋਂ ਪੁਲਿਸ ਨੇ ਆਪਣਾ ਕਹਿਰ ਜਿਹੜਾ ਪਿਛਲੀ ਸਰਕਾਰ ਨੇ ਵਰਤਾਇਆ, ਬਾਦਲ ਸਰਕਾਰ ਵੇਲੇ ਜਿਹੜੇ 2 ਸਿੱਖ ਸ਼ਹੀਦ ਹੋਏ ਸਨ, ਉਹਨਾਂ ਦੇ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਤੇ ਭਾਈ ਗੁਰਜੀਤ ਸਿੰਘ, ਜੋ ਕਰਮਵਾਰ ਪਿੰਡ ਨਿਆਮੀ ਵਾਲਾ ਤੇ ਸਰਾਵਾਂ ਦੇ ਵਾਸੀ ਸਨ, ਇਸ ਫਰੀਦਕੋਟ ਜ਼ਿਲ੍ਹੇ ਨਾਲ ਸੰਬੰਧਿਤ ਕੋਟਕਪੂਰੇ ਦਾ ਇਲਾਕਾ। ਮੇਰੇ ਨਾਲ ਉਹਨਾਂ ਸਿੰਘਾਂ ਦੇ ਇੱਕ ਪਰਿਵਾਰ ਚੋਂ ਇੱਕ ਜੀ ਹਾਜ਼ਰ ਆ, ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਹੁਣਾਂ ਦਾ ਸਪੁੱਤਰ ਸਰਦਾਰ ਸੁਖਰਾਜ ਸਿੰਘ ਇਸ ਵੇਲੇ ਸਾਡੇ ਨਾਲ ਆ। ਉਹ ਜਿੱਥੇ ਵੱਡੀ ਗਿਣਤੀ ਵਿੱਚ ਆਈਆਂ ਹੋਈਆਂ ਸੰਗਤਾਂ ਸਰਕਾਰ ਤੋਂ ਇਹ ਮੰਗ ਰੱਖ ਰਹੀਆਂ ਕਿ ਇਹਨਾਂ ਸਿੱਖਾਂ ਦੀਆਂ, ਇਹ ਜਿਹੜੀਆਂ ਸਿੱਖਾਂ ਦੀਆਂ ਮੰਗਾਂ ਨੇ, ਇਹਨਾਂ ਨੂੰ ਪੂਰਾ ਕੀਤਾ ਜਾਵੇ। ਉੱਥੇ ਸਿੱਖ ਸੰਗਤ ਦੇ ਵਿੱਚ ਸੇਵਾਦਾਰ ਦੀ ਸੇਵਾ ਇਹ ਸੁਖਰਾਜ ਸਿੰਘ ਨਿਭਾ ਰਹੇ ਆ।
ਇਹਨਾਂ ਦੀ ਪਿਤਾ ਦੀ ਸ਼ਹਾਦਤ 14 ਅਕਤੂਬਰ 2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਦੇ ਖਿਲਾਫ ਜਿਹੜਾ ਰੋਸ ਪ੍ਰਗਟਾ ਰਹੀ ਸੀ ਸਿੱਖ ਸੰਗਤ ਉਹਦੇ ਵਿਚਾਲੇ ਹੋਈ। ਜਦੋਂ ਪੁਲਿਸ ਅੰਨੇ ਵਾਹ ਗੋਲੀ ਚਲਾ ਕੇ ਦੋ ਸਿੱਖਾਂ ਨੂੰ ਸ਼ਹੀਦ ਕਰ ਦਿੰਦੀ ਆ ਬਹਿਬਲ ਕਲਾਂ ਗੋਲੀਕਾਂਡ ਵਾਪਰਦਾ। ਸਭ ਤੋਂ ਪਹਿਲਾਂ ਫਤਿਹ ਸਾਂਝ ਪਾਵਾਂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਥੇ ਮੋਰਚਾ ਜਿਹੜਾ ਵਾ ਲੱਗਾ ਹੋਇਆ ਕਿ ਜਿਹੜੇ ਸਿੰਘ ਸ਼ਹੀਦ ਹੋਏ ਗੁਰੂ ਸਾਹਿਬ ਜੀ ਦੀ ਬੇਅਦਬੀ ਹੋਈ, ਸਿੰਘ ਜਿਹੜੇ ਜੇਲ੍ਹਾਂ 'ਚ ਨੇ ਉਹਨਾਂ ਨੂੰ ਰਿਹਾਅ ਕਰਾਉਣ ਦੇ ਲਈ, ਅਤੇ ਕੁਛ ਜਿਹੜੀ ਚੌਥੀ ਮੰਗ ਹੈ ਲੱਖਾ ਸਦਾਣਾ ਜਿਹਦੇ ਲਈ ਸੰਘਰਸ਼ ਕਰ ਰਹੇ ਆ ਬਾਬਾ ਹਰਦੀਪ ਸਿੰਘ ਮਹਾਰਾਜ ਕਰ ਰਹੇ ਆ ਕਿ ਪੰਜਾਬ ਦਾ ਜਿਹੜਾ ਪਾਣੀ ਦੂਸ਼ਿਤ ਹੋ ਰਿਹਾ ਆਬੋ ਹਵਾ ਨੂੰ ਬਚਾਉਣ ਲਈ, ਇਹ ਚਾਰ ਮੰਗਾਂ ਦੇ ਉੱਤੇ ਸਰਕਾਰ ਨੂੰ ਗੰਭੀਰਤਾ ਦੇ ਨਾਲ ਜਿਹੜਾ ਐਕਸ਼ਨ ਲੈਣ ਦੀ ਗੱਲ ਹੈ ਉਸ ਲਈ ਮਜਬੂਰ ਕੀਤਾ ਜਾ ਰਿਹਾ। ਤੁਸੀਂ ਇੱਥੇ ਪਹੁੰਚੇ ਹੋਏ ਹੋ ਕਿ ਕਿੱਦਾਂ ਮਹਿਸੂਸ ਕਰਦੇ ਹੋ ਕਿ ਤੁਹਾਡੇ ਜਦੋਂ ਪਿਤਾ ਜੀ ਦੀ ਸ਼ਹਾਦਤ ਹੋਈ 2015 ਦੇ ਵਿੱਚ, ਤੇ ਪੰਥ ਨੇ ਇੱਕਮੁੱਠਤਾ ਦੇ ਨਾਲ ਇੱਥੇ ਪ੍ਰਗਟਾਵਾ ਵੀ ਕੀਤਾ ਵੱਖ ਵੱਖ ਧਿਰਾਂ ਧੜਿਆਂ 'ਚ, ਚਾਹੇ ਕੌਮ ਵਿਚਰ ਰਹੀ ਹੋਵੇ, ਪਰ ਇਸ ਸਾਰੇ ਕਾਸੇ ਨੂੰ ਲੈ ਕੇ ਕੌਮ ਦੀ ਇੱਕਮੁੱਠਤਾ ਨੂੰ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ? ਜੀ, ਪਹਿਲਾਂ ਤਾਂ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਵੀ ਜਿਹੜਾ ਵੀ ਇਹ ਮੋਰਚਾ ਲਾਇਆ ਗਿਆ, ਸਾਰੀਆਂ ਮੰਗਾਂ ਜੋ ਰੱਖੀਆਂ ਗਈਆਂ ਇੱਕ ਜਾਇਜ਼ ਮੰਗਾਂ, ਜੋ ਸਰਕਾਰ ਦੇ ਮੰਨਣ ਯੋਗ ਹੈ, ਨਾ ਮੰਨਣ ਯੋਗ ਵਾਲੀ ਇਹ 'ਚ ਕੋਈ ਮੰਗ ਨਹੀਂ ਹੈ। ਬੰਦੀ ਸਿੰਘਾਂ ਦੀ ਰਿਹਾਈ ਹੋਵੇ, ਚਾਹੇ ਉਹ ਸਿੰਘਾਂ ਨੂੰ ਸ਼ਹੀਦ ਕਰਨ ਵਾਲੇ ਪੁਲਿਸ ਵਾਲੇ ਹੋਣ, ਚਾਹੇ ਉਹ ਜਿਨ੍ਹਾਂ ਨੇ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਉਹ ਹੋਣ, ਉਹ ਸਾਰਾ ਸਰਕਾਰ ਦੇ ਹੱਥ ਵਸ ਹੈ ਤੇ ਸਰਕਾਰ ਇਹਨਾਂ ਨੂੰ ਸਿੱਖਾਂ ਦੇ ਸਾਹਮਣੇ ਲਿਆ ਸਕਦੀ ਆ। ਦੂਸਰੀ ਗੱਲ, ਜਿਵੇਂ ਤੁਸੀਂ ਕਿਹਾ ਵੀ ਤੁਸੀਂ ਕੀ ਮਹਿਸੂਸ ਕਰਦੇ ਹੋ, ਜੇ ਦੇਖਿਆ ਜਾਵੇ ਇੱਕ ਜੇ ਪਿਓ ਦੇ ਤੌਰ ਤੇ ਮੈਂ ਦੇਖਾਂ ਤਾਂ ਮੈਨੂੰ ਬਹੁਤ ਵੱਡੀ ਘਾਟ ਮਹਿਸੂਸ ਹੁੰਦੀ ਆ ਵੀ ਮੇਰਾ ਪਿਓ ਜਹਾਨ ਤੋਂ ਚੱਲ ਗਿਆ। ਦੂਸਰੇ ਪਾਸੇ ਜੋ ਸਿੱਖ ਕੌਮ ਨੂੰ ਇਕੱਠਾ ਕੀਤਾ ਉਹਨਾਂ ਨੇ, ਉਹਨਾਂ ਦੀ ਸ਼ਹੀਦੀ ਨਾਲ ਮਾਣ ਮਹਿਸੂਸ ਹੁੰਦਾ ਵੀ ਸਾਡਾ ਜਿਹੜਾ ਸਿੱਖ ਕੌਮ ਇੱਕ ਪਲੇਟਫਾਰਮ ਤੇ ਇਕੱਠੀ ਹੋ ਰਹੀ ਹੈ, ਆਪਣੇ ਮਤਭੇਦ ਛੱਡ ਕੇ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਕੇਸਰੀ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਣ ਦਾ ਜੋ ਯਤਨ ਕਰ ਰਹੀ ਹੈ, ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦੀ ਕੋਸ਼ਿਸ਼ ਕਰ ਰਹੀ ਹੈ, ਸੋ ਉਸ ਵੱਲੋਂ ਮੈਨੂੰ ਮਾਣ ਵੀ ਮਹਿਸੂਸ ਹੁੰਦਾ ਵੀ ਇੱਕ ਸ਼ਹੀਦਾ ਪੁੱਤਰ ਹੋਣ ਦੇ ਨਾਂ ਤੇ ਜੋ ਇਹ ਸੇਵਾ ਕੌਮ ਨੇ ਮੇਰੇ ਫਾਦਰ ਸਾਹਿਬ ਤੋਂ ਲਈ ਹੈ। ਜੇ ਇਹ ਜਾਣਨਾ ਹੋਵੇ ਕਿ ਹੁਣ ਤੱਕ ਉਸ ਕੇਸ ਬਾਰੇ ਕੀ ਬਣਿਆ ਜਿਹੜਾ ਦੋ ਸਿੱਖਾਂ ਦੀ ਸ਼ਹਾਦਤ ਹੁੰਦੀ ਆ, ਪੁਲਿਸ ਦੇ ਵਿੱਚ ਇਹ ਪਰਚਾ ਦਰਜ ਕੀਤਾ ਜਾਂਦਾ ਜੀ ਅਣਪਛਾਤੀ ਪੁਲਿਸ ਸੀ ਜਿਨ੍ਹਾਂ ਨੇ ਗੋਲੀਆਂ ਚਲਾਈਆਂ, ਤੇ ਉਹ ਕੇਸ ਜਿਹੜਾ ਵਾ ਹੁਣ ਤੱਕ ਕੀ ਸਥਿਤੀ ਆ ਉਸ ਕੇਸ ਦੀ? ਜੀ, ਕੇਸ ਦੀ ਇਸ ਟਾਈਮ ਸਥਿਤੀ ਤਾਂ ਕੁਝ ਜ਼ਿਆਦਾ ਖਾਸ ਨਹੀਂ ਆ, ਜ਼ਿਆਦਾਤਰ ਜਸਟ ਜਿਹੜੇ ਦੋ ਉਹਨਾਂ ਨੇ ਕਮਿਸ਼ਨ ਬਿਠਾਏ ਉਹਨਾਂ ਦੀ ਹੀ ਜ਼ਿਆਦਾ ਰਿਪੋਰਟ ਚੱਲ ਰਹੀ ਆ। ਕੇਸ ਮੇਰੇ ਵੱਲੋਂ ਹਾਈ ਕੋਰਟ ਦੇ ਵਿੱਚ ਕੀਤਾ ਹੋਇਆ, ਉਹਦੇ ਵਿੱਚ ਉਹ ਇਨਵੈਸਟੀਗੇਸ਼ਨ ਆਪਣੇ ਤੌਰ ਤੇ ਕਰ ਰਹੇ ਹਾਂ। ਸਿਰਫ ਮੈਂ 2 ਤੋਂ 3 ਵਾਰ ਤਰੀਕਾਂ ਤੇ ਗਿਆ ਹਾਈ ਕੋਰਟ ਦੇ ਵਿੱਚ, ਉਹ ਅੱਗੇ ਮੈਨੂੰ ਫੋਨ ਤੇ ਤਰੀਕ ਦੱਸਦੇ ਆ, ਕਿਤੇ ਜੱਜ ਸਾਹਿਬ ਬਹਿੰਦੇ ਆ, ਕਿਤੇ ਨਹੀਂ ਬਹਿੰਦੇ, ਵੀ ਐਮਰਜੈਂਸੀ ਹੋ ਜਾਂਦਾ, ਉਹ ਤਰੀਕ ਦੀ ਅੱਗੇ ਤਰੀਕ ਪੈ ਰਹੀ ਆ। ਤਾਂ ਸਰਕਾਰ ਵੱਲੋਂ ਜੋ ਕਮਿਸ਼ਨ ਬਿਠਾਏ ਗਏ ਆ, ਉਹ ਕਮਿਸ਼ਨਾਂ ਦੇ ਤੌਰ ਤੇ ਉਹਨਾਂ ਦੀ ਇਨਵੈਸਟੀਗੇਸ਼ਨ ਜਿਵੇਂ CBI ਦੀ ਚੱਲ ਰਹੀ ਹੈ, ਜਾਂ ਪਹਿਲਾਂ ਜਸਟ ਜੋਰਾ ਸਿੰਘ ਜੀ ਬੈਠੇ ਸੀ ਜਾਂ ਜਸਟ ਰਣਜੀਤ ਸਿੰਘ ਬੈਠੇ ਆ, ਉਹਨਾਂ ਦੀ ਰਿਪੋਰਟ ਆ ਜੋ ਜਨਤਕ ਹੋਊਗੀ, ਫਿਰ ਉਸ ਤੋਂ ਬਾਅਦ ਪਤਾ ਲੱਗ ਸਕਦਾ। ਤੁਹਾਡੇ ਕਿਹੜੇ ਵਕੀਲ ਨੇ ਜਿਹੜੇ ਇਸ ਪੈਰਵੀ ਨੂੰ ਕਰ ਰਹੇ? ਮੇਰੇ ਵਕੀਲ ਨੇ RS ਬੈਂਸ, ਰਜਿੰਦਰ ਸਿੰਘ ਬੈਂਸ ਜੀ, ਉਹ ਮੇਰੇ ਕੇਸ ਦੀ ਪੈਰਵੀ ਕਰ ਰਹੇ ਜੀ। ਹੁਣ ਤੱਕ ਤੁਹਾਨੂੰ ਕੀ ਸਪਸ਼ਟ ਹੋਇਆ ਕਿ ਹਾਈ ਕੋਰਟ ਦੇ ਵਿੱਚ ਜਦੋਂ ਗੱਲ ਕੁਝ ਨਾ ਕੁਝ ਤਾਂ ਤਰੀਕ ਜਾਂ ਬਿਲਕੁਲ ਅਜੇ ਤਰੀਕਾਂ ਹੀ ਪਾਈਆਂ ਜਾ ਰਹੀਆਂ? ਨਹੀਂ, ਹਜੇ ਫਿਲਹਾਲ ਤੱਕ ਤਾਂ ਤਰੀਕਾਂ ਹੀ ਆ ਜੀ, ਕੋਈ ਅੱਗੇ ਗੱਲ ਨਹੀਂ ਤੁਰੀ, ਜੇ ਕੋਈ ਮੇਰੇ ਵੱਲੋਂ ਮੈਨੂੰ ਏਦਾਂ ਦੀ ਕਾਲ ਨਹੀਂ ਆਈ, ਕੋਈ ਕਿਸੇ ਨੂੰ ਸਮਨਿੰਗ ਨਹੀਂ ਹੋਈ, ਦਸ ਤਰੀਕਾਂ ਪੈਂਦੀਆਂ ਇੱਕ ਕੇਸ ਤੇ, ਦੋ ਵਾਰੀ ਜਾ ਕੇ ਆਇਆ ਮੈਂ, ਉਸ ਤੋਂ ਬਾਅਦ ਮੈਨੂੰ ਫੋਨ ਤੇ ਤਰੀਕ ਦੱਸੀ ਜਾਂਦੀ। ਤੁਹਾਡੇ ਵੱਲੋਂ ਫਿਰ ਪਟੀਸ਼ਨ ਹੋਊਗੀ? ਹਾਂਜੀ, ਪਟੀਸ਼ਨ ਪਈ ਹੈ ਮੇਰੇ। ਤੇ ਪਟੀਸ਼ਨ ਦਾ ਬੇਸ ਕੀ ਰੱਖਿਆ ਵਾ, ਇਸ ਦਾ ਮੂਲ ਕੀ ਰੱਖਿਆ ਗਿਆ? ਇਸ ਦੇ ਵਿੱਚ ਅਣਪਛਾਤੀ ਪੁਲਿਸ ਤੇ ਜੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਨ੍ਹਾਂ ਨੇ ਕੀਤੀ FRI, ਬਕਾਇਦਾ ਅਣਪਛਾਤੀ ਪੁਲਿਸ ਸੀ ਜਿਹੜੇ ਉਹਨਾਂ ਨੇ ਅਣਪਛਾਤੀ ਪੁਲਿਸ ਦੀ FRI ਦਿੱਤੀ, ਉਹ ਸੀ। ਦੂਸਰੇ ਨੰਬਰ ਤੇ ਜੋ ਇੱਥੇ ਮੌਜੂਦਾ ਆਫੀਸਰ ਜਿਹੜੇ ਉਸ ਟਾਈਮ ਤੇ ਮੌਜੂਦ ਸਨ, ਜਿੱਦਾਂ ਕਿ ਅਮਰਜੀਤ ਕਲਾਰ, ਚਰਨਜੀਤ ਸ਼ਰਮਾ, ਜੋ ਵੀ ਉੱਥੇ ਮੌਕੇ ਤੇ ਆਫੀਸਰ ਇਨਵੋਲਵ ਸੀ ਉਹਨਾਂ ਦਾ, ਤੇ ਤਕਰੀਬਨ 200 ਤੋਂ ਉੱਪਰ ਜੋ ਬੰਦੇ ਆ ਵਿਟਨੈਸ ਆ ਮੇਰੇ ਨਾਲ ਜਿਹੜੇ ਆ, ਉਹਨਾਂ ਦੀਆਂ ਗਵਾਹੀਆਂ ਬਕਾਇਦਾ ਤੌਰ ਤੇ ਨਾਲ ਨੇ,
ਉਹਨਾਂ ਦੇ ਕਹਿਣ ਤੇ ਜੋ ਬੰਦੇ ਇੱਥੇ ਇਨਵੋਲਵ ਸੀ ਉਹਨਾਂ ਦੇ ਬਾਈ ਨੇਮ ਪਰਚਾ ਦਰਜ ਕੀਤਾ। ਇੱਥੇ ਹੁਣ ਜਦੋਂ ਸਿੱਖ ਸੰਗਤ ਜੁੜ ਰਹੀ ਆ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਰੋਜ਼ਾਨਾ ਇਕੱਠ ਹੋ ਰਿਹਾ, ਤੁਹਾਨੂੰ ਕੀ ਆਸ, ਕਿੰਨੀ ਕੁ ਆਸ ਬਣੀ ਹੋਈ ਹੈ ਇਸ ਮੋਰਚੇ ਤੋਂ? ਇਸ ਮੋਰਚੇ ਤੋਂ ਪੂਰੀ ਆਸ ਲਾਈ ਜਾ ਸਕਦੀ ਹੈ, ਜਿਵੇਂ ਕਿ ਜਦੋਂ ਦਾ ਮੋਰਚਾ ਲੱਗਿਆ ਸਰਕਾਰ ਦੇ ਵਿੱਚ ਹਲਚਲ ਸ਼ੁਰੂ ਹੋਈ ਆ, ਅਖਬਾਰਾਂ 'ਚ ਪੜ੍ਹਦੇ, ਹਾਲਾਂਕਿ ਪੁਲਿਸ ਨੇ ਜਨਤਕ ਨਹੀਂ ਕੀਤਾ ਵੀ ਕੌਣ ਸਹੀ ਦੋਸ਼ੀ ਆ, ਅਖਬਾਰਾਂ ਦੇ ਵਿੱਚ ਪੜ੍ਹਨ ਤੋਂ ਸਾਨੂੰ ਪਤਾ ਲੱਗ ਰਿਹਾ ਵੀ ਜੋ ਇਨਵੈਸਟੀਗੇਸ਼ਨ ਇਹ ਕਰ ਰਹੇ ਆ, ਲੋਕਾਂ 'ਚ ਉਤਸ਼ਾਹ ਵੱਧ ਰਿਹਾ ਦਿਨੋ ਦਿਨ, ਸੰਗਤ ਆ ਪਹਿਲੀ ਤਰੀਕ ਤੋਂ ਮੋਰਚਾ ਸਾਡਾ ਜਾਰੀ ਹੈ, ਪਹਿਲੀ ਤਰੀਕ ਤੇ ਮੈਂ ਇੱਥੇ ਹਾਂ, ਉਸ ਤੋਂ ਦੇਖਦੇ ਹਾਂ ਅੱਜ 17 ਤਰੀਕ ਹੋ ਚੁੱਕੀ ਹੈ, 15 ਤਰੀਕ ਹੋ ਚੁੱਕੀ ਹੈ, 15 ਤਰੀਕ ਤੱਕ ਮੋਰਚਾ ਚੜ੍ਹਦੀ ਕਲਾ ਵਿੱਚ ਆ, ਦਿਨ ਬ ਦਿਨ ਸਿੱਖ ਆ ਜਿਹੜੇ ਸਿੱਖ ਸੰਗਤਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਜਿਵੇਂ ਮੈਂ ਇੱਕ ਜਾਣਕਾਰੀ ਵਜੋਂ ਪੁੱਛਣਾ ਚਾਹੁੰਦਾ ਕਿ ਜਿਵੇਂ ਕਿ ਡੇਰਾ ਸਿਰਸਾ ਦੇ ਕੁਝ ਲੋਕ ਫੜੇ ਹੋਏ ਆ, ਉਹਦੇ ਨਾਲ ਜੁੜੇ ਹੋਏ, ਉਸ ਨੂੰ ਪੁਲਿਸ ਨੇ ਇਸ ਕਰਕੇ ਫੜਿਆ ਹੋਇਆ ਕਿ ਉਹਨਾਂ ਉੱਤੇ ਦੋਸ਼ ਆਉਂਦਾ ਉਹਨਾਂ ਲੋਕਾਂ ਤੇ ਕਿ ਉਹਨਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਇੱਜ਼ਤੀ ਕੀਤੀ, ਤੇ ਜਿਵੇਂ ਉਧਰ ਆਪਾਂ ਥੋੜੀ ਹਿਲਜੁਲ ਦੇਖ ਰਹੇ ਹਾਂ, ਮਹਿਸੂਸ ਕਰ ਰਹੇ ਹਾਂ, ਕੀ ਤੁਹਾਡੇ ਤੱਕ ਪੁਲਿਸ ਨੇ ਕੋਈ ਹੁਣ ਤੱਕ ਰਾਬਤਾ ਲੋਕਲ ਪੁਲਿਸ ਨੇ, ਤੁਹਾਡੀ ਖੇਤਰੀ ਪੁਲਿਸ ਨੇ ਕੀਤਾ ਕਿ ਇਸ ਬਾਬਤ ਦੁਬਾਰਾ ਕੋਈ ਬਿਆਨ ਦਰਜ ਕਰਵਾਓ ਜਾਂ ਅਸੀਂ ਇਸ ਗੱਲ ਨੂੰ ਲੀਡ ਕਰ ਰਹੇ ਹਾਂ, ਕੁਛ ਪੁਲਿਸ ਨੇ ਇੱਦਾਂ ਕਿਹਾ? ਨਹੀਂ ਜੀ, ਇਸ ਬਾਬਤ ਸਾਡੇ ਕੋਲ ਕੋਈ ਪੁਲਿਸ ਨੇ ਇੱਦਾਂ ਦੀ ਕੋਈ ਪਹੁੰਚ ਨਹੀਂ ਕੀਤੀ, ਕੋਈ ਸਾਨੂੰ ਕਿਸੇ ਬੰਦੇ ਨੂੰ ਨਹੀਂ ਸੱਦਿਆ, ਕੋਈ ਕਿਸੇ ਮੈਂਬਰ ਨੂੰ ਨਹੀਂ ਸੱਦਿਆ, ਇੱਥੋਂ ਤੱਕ ਪੁਲਿਸ ਨੇ ਉਹ ਵੀ ਜਨਤਕ ਨਹੀਂ ਕੀਤਾ ਵੀ ਜਿਹੜੇ ਉਹ ਦੋਸ਼ੀ ਫੜੇ ਆ ਉਹਨਾਂ ਨੂੰ ਕਿਹੜੀ ਬੇਅਦਬੀ ਦੋਸ਼ ਦੇ ਕਾਂਡ 'ਚ ਫੜਿਆ ਗਿਆ, ਬੁਰਜਵਾਹਰ ਸਿੰਘ ਵਾਲੇ 'ਚ ਫੜਿਆ ਗਿਆ, ਕਿਉਂਕਿ ਪੰਜਾਬ ਦੇ ਵਿੱਚ ਤਕਰੀਬਨ 3 ਸਾਲਾਂ ਦੇ ਵਿੱਚ 300 ਤੋਂ ਵੱਧ ਵਾਰ ਬੇਅਦਬੀਆਂ ਹੋ ਚੁੱਕੀਆਂ, ਉਹਨਾਂ ਵੱਲੋਂ ਇਹ ਨਹੀਂ ਦੱਸਿਆ ਗਿਆ ਵੀ ਕਿਹੜੀ ਬੇਅਦਬੀ ਦੇ ਦੋਸ਼ 'ਚ ਫੜਿਆ ਗਿਆ, ਸਟਾਰਟਿੰਗ ਇਹਨਾਂ ਤੋਂ ਕੀਤੀ ਗਈ ਆ ਜਾਂ ਇਹਨਾਂ ਤੋਂ ਦੂਸਰੀ ਬੇਅਦਬੀ ਕੀਤੀ ਗਈ ਆ, ਨਾ ਕੋਈ ਪੁਲਿਸ ਦਾ ਨੁਮਾਇੰਦਾ ਸਾਡੇ ਤੱਕ ਪਹੁੰਚਿਆ ਹੈ। ਸੋ ਇਹ ਹੈ ਜੀ ਹੁਣ ਤੱਕ ਦੀ ਗੱਲਬਾਤ ਸਰਦਾਰ ਸੁਖਰਾਜ ਸਿੰਘ ਦੇ ਨਾਲ। ਇਹਨਾਂ ਦੇ ਪਿਤਾ ਜੀ ਸਰਦਾਰ ਕ੍ਰਿਸ਼ਨ ਭਗਵਾਨ ਸਿੰਘ 2015 ਦੀ ਅਕਤੂਬਰ ਨੂੰ ਸ਼ਹੀਦ ਹੋਏ ਸਨ। ਇਹ ਵੀ ਇੱਕ ਮੰਗ ਆ ਮੋਰਚੇ ਦੀ ਕਿ ਚੌਥੀ ਮੰਗ, ਚੌਹਾਂ 'ਚੋਂ ਇੱਕ ਮੰਗ ਇਹ ਆ ਕਿ ਜਿਹੜੇ ਸਿੰਘਾਂ ਨੂੰ ਸ਼ਹੀਦ ਬਾਦਲ ਸਰਕਾਰ ਨੇ ਕੀਤਾ ਉਸ ਵੇਲੇ, ਮੌਕੇ ਦੀ ਕੈਪਟਨ ਸਰਕਾਰ ਉਸ ਤੇ ਕੀ ਆਪਣਾ ਫਰਜ਼ ਨਿਭਾਉਂਦੀ ਆ ਕਿ ਉਹਨਾਂ ਦੋਸ਼ੀਆਂ ਦੇ ਖਿਲਾਫ ਕੀ ਕਾਰਵਾਈ ਹੁੰਦੀ ਆ। ਸੋ ਹੁਣ ਤੱਕ ਇਹ ਆ ਕਿ ਇਹਨਾਂ 15 ਦਿਨਾਂ ਦੇ ਵਿੱਚ ਦੂਜੇ ਪਾਸੇ ਹਿਲਜੁਲ ਕੁਝ ਤਾਂ ਦਿਸਦੀ ਆ ਕਿ ਡੇਰਾ ਪ੍ਰੇਮੀ ਕੁਝ ਫੜੇ ਗਏ ਹੋਣ, ਪਰ ਇਸ ਕੇਸ ਬਾਬਤ ਜਿਹਦੇ ਵਿੱਚ ਸੜਕ ਦੇ ਉੱਤੇ ਸਾਤਨਾ ਵਾਹਿਗੁਰੂ ਦਾ ਜਾਪ ਜਪਦੇ ਹੋਏ ਸਿੱਖਾਂ ਨੂੰ ਸ਼ਹੀਦ ਕਰ ਦੇਣਾ, ਅੰਨੇਵਾਹ ਗੋਲੀਆਂ ਦੇ ਨਾਲ ਭੁੰਨ ਦੇਣਾ, ਉਸ ਬਾਰੇ ਪੁਲਿਸ ਦੀ ਕੋਈ ਵੀ ਕਾਰਵਾਈ ਅਜੇ ਕੋਈ ਹਲਚਲ ਨਹੀਂ ਦਿਸ ਰਹੀ। ਸੋ ਤੁਹਾਡਾ ਧੰਨਵਾਦ ਗੱਲਬਾਤ ਕਰਨ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਥਕ ਤੌਰ ਤੇ ਵੱਖ ਵੱਖ ਜਥੇਬੰਦੀਆਂ ਦੇ ਆਗੂ ਇੱਥੇ ਜੁੜੇ ਹੋਏ ਆ। ਮੇਰੇ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਸਰਦਾਰ ਗੁਰਸੇਵਕ ਸਿੰਘ ਜਵਾਹਰ ਕੇ ਜੁੜੇ ਹੋਏ ਆ, ਉਹਨਾਂ ਨਾਲ ਗੱਲਬਾਤ ਕਰਦੇ ਆ ਇਸ ਮੋਰਚੇ ਬਾਰੇ। ਪਰ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾ ਲਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਗੁਰਸੇਵਕ ਸਿੰਘ, ਤੁਸੀਂ ਇੱਥੇ ਮੋਰਚੇ ਤੋਂ ਲਗਾਤਾਰ ਸੰਪਰਕ 'ਚੋਂ ਤੇ ਆ ਵੀ ਰਹੇ ਹੋ, ਹੁਣ ਤੱਕ ਮੋਰਚੇ ਦੀ ਸਥਿਤੀ ਕੀ ਜਾਪ ਰਹੀ ਹੈ? ਮੋਰਚੇ ਦੀ ਜਿਹੜੀ ਸਥਿਤੀ ਹੈ ਜੀ, 1 ਜੂਨ ਤੋਂ ਸ਼ੁਰੂ ਹੋਇਆ ਹੈ ਇਹ ਮੋਰਚੇ ਦੇ ਵਿੱਚ। ਦਿਨੋ ਦਿਨ ਜਿਹੜੀ ਸੰਗਤ ਦਾ ਵਾਧਾ ਵੱਡੀ ਪੱਧਰ ਤੇ ਹੋ ਰਿਹਾ ਹੈ, ਜਿਹੜਾ ਤੁਸੀਂ ਦੇਖ ਰਹੇ ਹੋ। ਮੇਰਾ ਖਿਆਲ ਹੈ ਪੰਜਾਬ ਦੇ ਵਿੱਚੋਂ ਕੋਈ ਵੀ ਜਿਹੜੀ ਜਥੇਬੰਦੀ ਹੈ, 1-2 ਬੰਦਿਆਂ ਨੂੰ ਛੱਡ ਕੇ ਸਾਰੇ ਬੰਦਿਆਂ ਨੇ ਤਕਰੀਬਨ 15 ਦਿਨਾਂ ਦੇ ਵਿੱਚ ਇੱਥੇ ਹਾਜ਼ਰੀ ਲਵਾ ਚੁੱਕੇ ਨੇ ਤੇ ਲੋਕ ਆ ਰਹੇ ਨੇ, ਤੇ ਬੇਸ਼ੱਕ ਕੰਮ ਦੀ ਵੀ ਬਹੁਤ ਰੁੱਤ ਹੈ। ਟੈਂਪਰੇਚਰ ਤੁਹਾਨੂੰ ਪਤਾ ਹੈ ਵੀ 45 ਤੋਂ ਉੱਪਰ ਹੈ। 45 ਤੋਂ ਉੱਪਰ ਦੇ ਹੋਣ ਦੇ ਬਾਵਜੂਦ, ਇੰਨਾ ਮੌਸਮ ਖਰਾਬ ਹੋਣ ਦੇ ਬਾਵਜੂਦ, ਆ ਹਜ਼ਾਰਾਂ ਦੀ ਗਿਣਤੀ 'ਚ ਜਿਹੜੀਆਂ ਸੰਗਤਾਂ ਹੈ ਉਹ ਤੁਸੀਂ ਦੇਖ ਰਹੇ ਹੋ ਵੀ ਇਹ ਜੇ ਗੁਰੂ ਦੇ ਨਾਲ ਇਹਨਾਂ ਦੀ ਭਾਵਨਾ ਜੁੜੀ ਹੈ, ਫੇਰ ਹੀ ਸੰਗਤ ਆ ਰਹੀ ਹੈ। ਜਿੱਥੋਂ ਤੱਕ ਇਹ ਮੰਗਾਂ ਨੇ 3, ਇਹ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦਾ ਮਸਲਾ ਹੈ ਬੇਅਦਬੀ ਦਾ, ਇਹ ਸਰਕਾਰ ਨੂੰ ਸਾਰਾ ਪਤਾ ਹੈ। ਇਹਨਾਂ ਨੇ ਬਹੁਤ ਚਿਰ ਪਹਿਲਾਂ ਹੀ ਇਹ ਸਾਰਾ ਮਸਲਾ ਤੈਅ ਕਰ ਲਿਆ ਸੀ ਵੀ ਕਿਵੇਂ ਕਰਿਆ ਹੈ। ਨਹੀਂ ਸਰਕਾਰ, ਤੁਸੀਂ ਕੈਪਟਨ ਸਰਕਾਰ ਨੂੰ ਕਹਿ ਰਹੇ ਹੋ ਕਿ ਬਾਦਲ ਸਰਕਾਰ ਨੂੰ? ਬਾਦਲ ਸਰਕਾਰ ਨੂੰ ਵੀ ਪਤਾ ਲੱਗ ਗਿਆ ਸੀ, ਉਹਨਾਂ ਨੇ ਤਾਂ ਜਾਣ ਬੁੱਝ ਕੇ, ਕਿਉਂਕਿ ਬਾਦਲ ਨੇ ਉਹਨਾਂ ਤੋਂ ਵੋਟਾਂ ਦੇ ਵਿੱਚ ਹਮਾਇਤ ਲਈ ਸੀ, ਤੇ ਜਿਹੜਾ ਉਹਦਾ ਕੇਸ ਰਜਿਸਟਰਡ ਹੋਇਆ ਸੀਗਾ
295 ਦਾ ਆਪਣਾ ਸੁਆਗ ਰਚਨ ਦਾ, ਉਹ ਵੋਟਾਂ ਤੋਂ ਪਹਿਲਾਂ ਉਹਨਾਂ ਨੇ ਕੈਂਸਲੇਸ਼ਨ ਕਰਤੀ, ਕੈਂਸਲੇਸ਼ਨ ਭਰਤੀ, ਉੱਥੋਂ ਸਾਰਾ ਸ਼ੱਕ ਹੈ। ਤੇ ਜਿਹੜੀ ਉਹਨੂੰ ਮਾਫੀ ਦਵਾਈ ਹੈਗੀ ਅਕਾਲ ਤਖ਼ਤ ਸਾਹਿਬ ਤੋਂ, ਉਹ ਵੀ ਇੱਕ ਵੱਡਾ ਫੈਕਟਰ ਹੈ। ਇਹ ਸਾਰਾ ਜਿਹੜੀ ਗੱਲਬਾਤ ਹੈ, ਪਿਛਲੀ ਸਰਕਾਰ ਨੂੰ ਵੀ ਪਤਾ ਲੱਗ ਗਿਆ ਸੀ, ਉਹਨਾਂ ਨੇ ਜਿਹੜੇ ਸਿੰਘ ਉਸ ਦੀ ਰਿਪੋਰਟ ਕਰਨ ਗਏ, ਜਿਹੜੇ ਬੰਦੇ ਹੁਣ ਫੜੇ ਹੈ, ਉਲਟਾ ਉਹਨਾਂ ਦੀ ਕੇਸ ਰਜਿਸਟਰ ਕਰਤੇ, ਜਿਵੇਂ ਆਪਣਾ ਗੁਰਦੀਪ ਸਿੰਘ ਬਠਿੰਡਾ, ਜਸਕਰਨ ਸਿੰਘ ਤੇ ਆ ਬਾਬਾ ਜੀ ਚਮਕੌਰ ਸਿੰਘ, 3-4 ਸਿੰਘ ਹੋਰ ਨੇ, ਉਹਨਾਂ ਦੀ ਕੇਸ ਰਜਿਸਟਰ ਕਰਤੇ ਵੀ ਇਹ ਕੇਸ ਨੂੰ ਜਿਹੜਾ ਕੋਈ ਗੱਲ ਉਠਾਉਂਦਾ ਉਹਨੂੰ ਦਵਾ ਦਿਓ, ਦਵਾਉਣ ਵਾਸਤੇ। ਜਿਹੜਾ ਬਾਈਬਲ ਕਲਾਂ ਦਾ ਕਾਂਡ ਹੈ, ਉਹ ਪਹਿਲਾਂ ਵਾਲੀ ਸਰਕਾਰ ਦੇ ਕੇਸ ਰਜਿਸਟਰ ਕਰਤਾ ਅਣਪਛਾਤਿਆਂ ਤੇ, ਜਿਹੜੀ ਪੁਲਿਸ ਹੈ ਉਹ ਅਣਪਛਾਤੀ ਨਹੀਂ ਹੋ ਸਕਦੀ, ਉਹ ਇਹਨਾਂ ਨੇ ਬਲਾਈਂਡ ਪਰਚਾ ਦਰਜ ਕਰਤਾ, ਕਿਸੇ ਪੁਲਿਸ ਅਫਸਰ ਤੇ ਨਹੀਂ ਕਰਿਆ। ਤੇ ਹੁਣ ਦਾ ਮੁੱਖ ਮੰਤਰੀ ਹੈ ਜਿਹੜਾ, ਉਹਨਾਂ ਨੇ ਤਾਂ ਕਰਾਇਆ ਸੀ, ਹੁਣ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੋਟਾਂ ਤੋਂ ਪਹਿਲਾਂ ਭਾਸ਼ਣ ਮੈਂ ਆਪ ਸੁਣਿਆਗਾ ਉਹਦਾ ਟੀਵੀ ਦੇ ਉੱਤੇ, ਜੀ ਪੰਜਾਬ ਉੱਤੇ, ਬੇਸ਼ੱਕ ਉਹ ਪ੍ਰਾਣੀ ਕੱਢ ਲਿਓ। ਉਹਦੇ ਵਿੱਚ ਉਹਨੇ ਕਿਹਾ ਵੀ ਜਿਹੜਾ ਇਹਦਾ SSP ਚਰਨਜੀਤ ਸ਼ਰਮਾ, ਮੋਗੇ ਦਾ SSP ਸੀ ਪਹਿਲਾਂ, ਫਰੀਦਕੋਟ ਸੀ ਗੁਰੂ ਗ੍ਰੰਥ ਸਾਹਿਬ ਦੀ, ਜਦੋਂ ਬੇਅਦਬੀ ਹੋਣ ਤੋਂ, ਜਦੋਂ ਜਵਾਹਰ ਸਿੰਘ ਵਾਲੇ ਤੋਂ ਗੁਰੂ ਦੇ ਸਰੂਪ ਚੋਰੀ ਹੋਏ ਹੈ, ਉਦੋਂ SSP ਫਰੀਦਕੋਟ ਸੀ, ਉਸ ਦਿਨ ਉਹਦੀ ਡਿਊਟੀ ਲੱਗੀ ਸੀ ਇਸ ਬੀਟ ਤੇ ਬਹਿਬਲ ਕਲਾਂ। ਉਹਨੇ ਆਪਣੇ CM ਸਾਹਿਬ ਨੇ ਆਪ ਕਿਹਾ ਸੀ ਵੀ ਇਹ ਚਰਨਜੀਤ ਸ਼ਰਮੇ ਨੇ ਕੀਤਾ, ਜਦੋਂ ਸਾਡੀ ਸਰਕਾਰ ਬਣੀ ਅਸੀਂ ਉਹਨੂੰ ਫੜ ਕੇ ਅੰਦਰ ਕਰਾਂਗੇ। ਦੋ ਗੱਲਾਂ ਤੱਕ ਬਿਲਕੁਲ ਤੈਅ ਹੋ ਗਈਆਂ, ਗੁਰੂ ਗ੍ਰੰਥ ਸਾਹਿਬ ਵਾਲੀ ਹੋ ਗਈ, ਤੇ ਤੀਜਾ ਹੈਗਾ ਬੰਦੀ ਸਿੱਖਾਂ ਦਾ, ਬੰਦੀ ਸਿੰਘ ਜਿਹੜੇ ਆਪਣੇ ਆਪਣੇ ਬਾਹਰ ਕੱਢਦੇ ਹੈ, ਉਹ ਵੀ ਸਰਕਾਰ ਕੋਲੇ ਚਿੱਠੀਆਂ ਆਈਆਂ ਪਈਆਂ ਹੈ ਵੀ ਜਿਹੜੇ ਤੁਹਾਡੇ ਕੈਦੀ ਨੇਗੇ ਜਾਂ ਸਾਡੇ ਕੈਦ ਕੱਟ ਰਹੇ ਨੇ, ਬੇਸ਼ੱਕ ਤੁਸੀਂ ਆਪਦੀ ਸਟੇਟ ਚ ਲੈ ਜਾਓ, ਸਾਨੂੰ ਕੋਈ ਇਤਰਾਜ਼ ਨਹੀਂ ਗਾ। ਉਹਦੇ ਵਿੱਚ ਵੀ ਕੋਈ ਸਰਕਾਰ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ, ਕਿਉਂਕਿ ਆਪਣੇ ਪੰਜਾਬੀ ਭਰਾ ਨੇ ਜਿਹੜੇ ਬਾਹਰਲੇ, ਕਿੰਨੇ 20-20 ਸਾਲ ਤੋਂ ਉਹਨਾਂ ਦੀ ਕੈਦ ਪੂਰੀ ਹੋ ਗਈ, ਉਹਨਾਂ ਨੂੰ ਪਰੋਲ ਤੇ ਵੀ ਨਹੀਂ ਛੱਡਿਆ ਜਾ ਰਿਹਾ, ਇਹ 3 ਮੰਗਾਂ ਹੈ। ਤੇ ਇਹਦੇ ਵਿੱਚ CM ਸਾਹਿਬ ਨਾਲ ਵੀ ਮੀਟਿੰਗ ਹੋਈ ਆ, ਉਹਦੇ ਉਹਨਾਂ ਨੇ ਭਰੋਸਾ ਦਿੱਤਾ ਸੀ ਵੀ 15-20 ਦਿਨਾਂ ਦੇ ਵਿੱਚ ਅਸੀਂ ਸਾਰੀ ਇਹ, ਮੈਂ ਵੀ ਉਹ ਮੀਟਿੰਗ ਚ ਗਿਆ ਸੀ ਉਹਦੇ, ਤੇ ਉਹਦੇ ਭਰੋਸਾ ਦਿੱਤਾ ਸੀ, ਪਰ ਲੱਗਦਾ ਨਹੀਂ ਸਰਕਾਰ ਦੀ ਨੀਅਤ ਕਿਹੜੇ ਵੱਲ ਜਾਂਦੀ ਹੈ, ਕਿਉਂਕਿ 15 ਦਿਨ ਹੋ ਗਏ ਇੰਨੀ ਗਰਮੀ ਚ, ਤੇ ਹੁਣ ਫੇਰ ਜਿਹੜੀਆਂ ਕੋਈ CBI ਦੇ ਮਸਲੇ ਵਿੱਚ ਖੜੇ ਕਰਕੇ, ਇਹ ਮਤਲਬ ਮੈਂ ਸਮਝਦਾ ਵੀ ਜਿਹੜੀ ਇਹ ਫੜਫੜਾਈ ਵਾਲੀ ਗੱਲ ਹੈ ਉਹ ਹਾਲੇ ਤੱਕ ਕਲੀਅਰ ਨਹੀਂ ਹੋ ਰਹੀ, ਉਹ ਸਰਕਾਰ ਦੱਸੂਗੀ। ਤੇ ਮੈਂ ਬੇਨਤੀ ਕਰਦਾ CM ਸਾਹਿਬ ਨੂੰ ਵੀ ਇਹ ਜਿਹੜੇ 3-4 ਮਸਲੇ ਆ ਇਹਨਾਂ ਨੂੰ ਤੁਰੰਤ ਹੱਲ ਕਰਨਾ ਚਾਹੀਦਾ ਹੈ, ਨਹੀਂ ਪੰਜਾਬ ਦੇ ਹਾਲਾਤ ਤੁਸੀਂ 15 ਦਿਨ ਤੋਂ ਦੇਖ ਰਹੇ ਹੋ ਵੀ ਕਿੰਨੇ ਇੱਥੇ ਹਜ਼ਾਰਾਂ ਸਿੱਖ ਆਏ ਹੈ, ਉਹ ਸਾਰੀਆਂ ਇਹ ਗੱਲਾਂ ਇਹ ਭਾਵਨਾਵਾਂ ਦੇਖ ਕੇ ਗਏ ਹੈ। ਤੇ ਜਦੋਂ ਦਿਨ ਇਹ ਕਿਸੇ ਕਰਵਟ ਲੈ ਸਕਦੀ ਹੈ। ਜੀ ਠੀਕ ਹੈ, ਗੱਲਬਾਤ ਕਰ ਲਈ, ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਹੈ ਜੀ ਹੁਣ ਤੱਕ ਦੀ ਗੱਲਬਾਤ ਜਿਹੜੀ ਸਰਦਾਰ ਗੁਰਸੇਵਕ ਸਿੰਘ ਜਵਾਹਰ ਕੇ ਹੁਣਾਂ ਨਾਲ ਕੀਤੀ। ਉਹਨਾਂ ਨੇ ਆਖਿਰ ਦੇ ਉੱਤੇ ਕਿਹਾ ਕਿ ਜੇ ਸਰਕਾਰ ਇਸ ਹੱਕੀ ਮੰਗਾਂ ਨੂੰ ਜਿਹੜਾ ਵਾ ਧਿਆਨ ਦੇ ਨਾਲ, ਗੰਭੀਰਤਾ ਨਾਲ ਨਹੀਂ ਲੈਂਦੀ, ਤਾਂ ਜਿਹੜਾ ਮੋਰਚਾ ਵਾ ਉਹਦਾ ਕੋਈ ਰੂਪ ਹੋਰ ਵੀ ਬਣ ਸਕਦਾ। ਮੇਰੇ ਨਾਲ ਨੇ ਸਰਦਾਰ ਜਸਵੰਤ ਸਿੰਘ, ਜਿਹੜੇ ਆਬੂ ਧਾਬੀ ਦੀ ਧਰਤੀ ਤੋਂ ਪੰਥ ਦੇ ਪ੍ਰੇਮ ਦੇ ਵਿੱਚ ਇੱਥੇ ਪਹੁੰਚੇ ਹੋਏ ਆ। ਜਿਵੇਂ ਹਜ਼ਾਰਾਂ ਸਿੱਖ ਸੰਗਤਾਂ ਇੱਥੇ ਪਹੁੰਚੀਆਂ ਹੋਈਆਂ, ਇੰਝ ਹੀ ਪੰਥ ਜਦੋਂ ਬੰਦੇ ਦੇ ਅੰਦਰ ਜਿਹੜਾ ਧੜਕਦਾ ਉਹ ਆਵਾਜ਼ ਮਾਰਦਾ, ਤਾਂ ਬੰਦਾ ਜਿੱਥੇ ਮਰਜ਼ੀ ਹੋਵੇ ਤਾਂ ਉਹਨੂੰ ਆਪਣੀ ਧਰਤੀ ਵੱਲ ਆਉਣਾ ਹੀ ਪੈਂਦਾ। ਇਹ ਧਰਤੀ ਦੇ ਵਿੱਚ ਜਿਹੜਾ ਬਲ ਹੁੰਦਾ, ਤੁਹਾਡੀ ਮਿੱਟੀ ਦੇ ਵਿੱਚ ਜਿਹੜੀ ਤਾਕਤ ਹੁੰਦੀ ਆ, ਉਹ ਤੁਹਾਨੂੰ ਖਿੱਚ ਲਿਆਉਂਦੀ ਆ। ਤੁਹਾਡੇ ਲਹੂ ਦੇ ਵਿੱਚ ਜਿਹੜਾ ਤੁਹਾਡਾ ਧਰਮ ਹੁੰਦਾ, ਉਹ ਤੁਹਾਨੂੰ ਆਪਣੀ ਮਿੱਟੀ ਵੱਲ ਲੈ ਆਉਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਮੈਂ ਇੱਥੇ ਜ਼ਿਕਰ ਕੀਤਾ ਕਿ ਤੁਹਾਨੂੰ ਵੀ ਇਸ ਤਰ੍ਹਾਂ ਇਹ ਜਿਹੜਾ ਵਾ ਆਪਣੀ ਹਰਕਤ ਆ ਅੰਦਰਲੀ ਜਿਹੜੀ ਅੰਦਰ ਚੱਲਦੀ ਆ, ਹਲਚਲ ਚੱਲਦੀ ਆ, ਕਿ ਜਦੋਂ ਗੁਰੂ ਸਾਹਿਬ ਜੀ ਦੀ ਬੇਅਦਬੀ ਹੋਣੀ ਅਤੇ ਇੱਕ ਸਰੂਪ ਜਿਹੜਾ ਇਹਨਾਂ ਨੇ ਗੁਰੂ ਦੋਖੀ ਤਾਕਤਾਂ ਵੱਲੋਂ ਲੁਕਾ ਲੈਣਾ, ਥਾਂ ਥਾਂ ਤੇ ਖਿਲਾਰਨਾ,
ਅਤੇ ਨਾਲ ਦੀ ਨਾਲ ਜਿਹੜਾ ਸਿੱਖਾਂ ਨੂੰ ਸ਼ਹੀਦ ਕਰਨਾ, ਇਸ ਤੋਂ ਇਲਾਵਾ ਜਿਹੜਾ ਇੱਥੇ ਇਸ ਧਰਤੀ ਦੇ ਖਿੱਤੇ ਦੀ ਜਿਹੜੀ ਆਬੋ ਹਵਾ ਉਹਦਾ ਦੂਸ਼ਿਤ ਹੋ ਜਾਣਾ, ਤੇ ਨਾਲ ਦੀ ਨਾਲ ਜਿਹੜਾ ਬੰਦੀ ਸਿੰਘਾਂ ਨੂੰ 30-30 ਸਾਲਾਂ ਤੋਂ ਬੰਦ ਨੇ ਉਹਨਾਂ ਨੂੰ ਨਾ ਛੱਡਣਾ ਸਜਾਵਾਂ ਪੂਰੀਆਂ ਕਰਨ ਤੋਂ ਬਾਅਦ ਵੀ, ਤੇ ਦੂਰ ਰਹਿੰਦੇ ਹੋ ਤੁਸੀਂ ਪੰਜਾਬ ਦੀ ਧਰਤੀ ਤੋਂ ਹਜ਼ਾਰਾਂ ਮੀਲ ਦੂਰ ਰਹਿੰਦੇ ਹੋ, ਕੀ ਮਹਿਸੂਸ ਕਰਦੇ ਹੋ ਉੱਥੇ ਆ ਕੇ ਤੇ ਉੱਥੇ ਰਹਿ ਕੇ ਵੀ ਕੀ ਮਹਿਸੂਸ ਕਰਦੇ ਹੋ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹਦਾ ਮੂਲ ਕਾਰਨ ਤਾਂ ਜਿੱਦਾਂ ਬਾਬਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਾਬਰ ਨੂੰ ਜਾਬਰ ਕਹਿਤਾ ਸੀ, ਉੱਥੇ ਹੀ ਖੜਾ ਹੈ। ਜਿਹੜੀਆਂ ਦੁਨਿਆਵੀ ਹਕੂਮਤਾਂ ਹੈ ਉਹ ਖਾਸ ਕਰਕੇ ਏਸ਼ੀਅਨ ਖਿੱਤੇ ਦੀਆਂ, ਉਹ ਲੋਕ ਸੇਵਾ ਦੇ ਮਕਸਦ ਦੇ ਨਾਲ ਤੇ ਨਿਸ਼ਕਾਮ ਭਾਵਨਾ ਨਾਲ ਅੱਜ ਤੱਕ ਇਸ ਖਿੱਤੇ ਚ ਮੇਰਾ ਖਿਆਲ ਆਈਆਂ ਨਹੀਂ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਛੱਡ ਕੇ, ਉਹ ਤਾਂ ਸਿੱਖ ਰਾਜ ਸੀ ਨਾ, ਉਹ ਤਾਂ ਗੁਰੂ ਨਾਨਕ ਦੇ ਸਿਧਾਂਤ ਦਾ ਰਾਜ ਸੀ। ਜਿਹੜੀਆਂ ਦੂਜੀ ਦੁਨਿਆਵੀ ਤਾਕਤ ਹੈ ਤੇ ਉਹਨਾਂ ਨੇ ਕਦੇ ਵੀ ਜਿਹੜੀ ਫਿਰ ਲੋਭੀ ਬਿਰਤੀ ਹੈ, ਸਵਾਰਥੀ ਖੁਦਗਰਜ ਬਿਰਤੀ ਹੈ, ਉਹ ਮਾਨਵਤਾ ਪੱਖੀ ਨਹੀਂ ਹੁੰਦੀ। ਤੇ ਸਿੱਖ ਸਿਧਾਂਤ ਹੈ ਜਿਹੜਾ ਉਹ ਮਾਨਵਤਾ ਪੱਖੀ ਤਿਆਗ ਤੇ ਸੇਵਾਵਾਂ ਦੀ ਗੱਲ ਕਰਦਾ। ਇਸ ਕਰਕੇ ਉਹ ਉਹਨਾਂ ਦਾ ਰੰਗ ਰੂਪ ਝੰਡਿਆਂ ਦਾ ਤੇ ਦਸਤਾਰਾਂ ਦਾ ਬੇਸ਼ੱਕ ਜਿਹੜਾ ਮਰਜ਼ੀ ਰਵੇ, ਪੰਜਾਬ ਦੀ ਧਰਤੀ ਤੇ ਵੀ 1947 ਤੋਂ ਬਾਅਦ ਜਿਹੜਾ ਸਿੱਖ ਸਿਧਾਂਤ ਦੀ ਰਹਿਨੁਮਾਈ ਕਰਨ ਵਾਲਾ ਜਾਂ ਉਹਨਾਂ ਦੀ ਦੇਖ ਰੇਖ ਵਾਲਾ ਜਿਹੜਾ ਰਾਜ ਹੈ ਉਹ ਸਿੱਖਾਂ ਦਾ ਨਹੀਂ ਆਇਆ। ਇਸ ਕਰਕੇ ਜਿਹੜਾ ਇਹ ਟਕਰਾਅ ਹੈ ਕਿਸੇ ਨਾ ਕਿਸੇ ਰੂਪ ਚ ਬੰਦਰ ਰਹਿਣਾ, ਉਹ ਜਿਹੜੇ ਆ ਆਪਣੀਆਂ ਭੈੜੀਆਂ ਤੇ ਗੰਦੀਆਂ ਕੁਚਾਲਾਂ ਦੇ ਨਾਲ ਸਿੱਖਾਂ ਨੂੰ ਟਕਰਾਵ ਦਾ ਮੁੱਢ ਕਦੋਂ ਤੋਂ ਮੰਨ ਲੈਂਦੇ ਹੋ ਕਿ ਜਨੇਊ ਪਹਿਨਣ ਤੋਂ, ਗੁਰੂ ਸਾਹਿਬ ਦੇ ਇਨਕਾਰੀ ਹੋਣ ਤੋਂ? ਬਿਲਕੁਲ, ਦੋਨੇ ਪੱਖ ਹੈ ਨਾ, ਇੱਕ ਤਾਂ ਬਾਬਰ ਨੂੰ ਜਾਬਰ ਕਹਿਣ ਤੋਂ ਤੇ ਜਿਹੜੀ ਹੁਣ ਵਰਤਮਾਨ ਹੈ ਇਹਨਾਂ ਦਾ ਉਹਦੇ ਨਾਲ ਜੁੜ ਜਾਂਦਾ ਜਾ ਕੇ, ਠੀਕ ਹੈ, ਨਾ ਹਮ ਹਿੰਦੂ ਨਾ ਮੁਸਲਮਾਨ, ਇਦੋਂ ਵੀ ਪਹਿਲਾਂ ਚਲੇ ਜਾਈਏ ਅੱਲੋ ਹਰਾਮ ਕੇ ਪਿੰਡ ਪੁਰਾਣ। ਸੋ ਉਹ ਜਿਹੜਾ ਸਿਧਾਂਤ ਹੈ ਜਿਹੜਾ ਕੇਵਲ ਇੱਕ ਕਿਸੇ ਖਿੱਤੇ ਬੋਲੀ ਭਾਸ਼ਾ ਲਈ ਨਹੀਂ, ਪੂਰੀ ਮਾਨਵਤਾ ਲਈ ਹੈ, ਉਹ ਅਮਨ ਸ਼ਾਂਤੀ ਦਾ, ਭਾਈਚਾਰੇ ਦਾ, ਖੁਸ਼ਹਾਲੀ ਜਾਮਣੀ ਦਾ, ਜੇ ਸਰਬੱਤ ਦੇ ਭਲੇ ਦਾ, ਜਿਹੜਾ ਆਪਦੇ ਥਾਲੀ ਚੋਂ ਚੁੱਕ ਕੇ ਦੂਜੇ ਨੂੰ ਪ੍ਰਸ਼ਾਦਾ ਵੀ ਛਕਾਉਣ ਵਾਲਾ ਹੈ, ਤੇ ਜੇ ਕਿਸੇ ਦੇ ਮਾਨ ਸਨਮਾਨ ਤੇ ਆਂਚ ਆਉਂਦੀ ਹੈ ਤੇ ਫਿਰ ਉਹਦੀ ਰਾਖੀ ਲਈ ਵੀ ਅੱਗੇ ਹੋ ਕੇ ਕੁਰਬਾਨ ਹੋਣ ਵਾਲਾ ਵੀ। ਇਹ ਇੱਕ ਉਹ ਸਿਧਾਂਤਕ ਲੜਾਈ ਹੈ, ਆਹ ਜਿੱਥੇ ਆਪਾਂ ਖੜੇ ਹਾਂ ਉਹ ਸਿਧਾਂਤ ਦੇ ਪੈਰੋਕਾਰ ਨੇ। 1 ਤਰੀਕ ਤੋਂ ਜਿਹੜੇ ਹੁਣ ਦੁਬਾਰਾ ਫਿਰ ਮੋਰਚੇ ਦੇ ਰੂਪ ਚ ਇਕੱਤਰ ਹੈ, ਜਿਵੇਂ ਤੁਸੀਂ ਜ਼ਿਕਰ ਕੀਤਾ ਸੀ ਧਰਤੀ ਦੀ ਗੱਲ ਦਾ, ਮੈਂ ਦੇਖ ਰਿਹਾ 2-3 ਦਿਨ ਆਉਣ ਦਾ ਸੁਭਾਗ ਕੁਦਰਤ ਦੇ ਨਾਲ ਹੀ ਪ੍ਰਾਪਤ ਹੋ ਗਿਆ ਕਿ ਜਿਹੜਾ ਕੌਮ ਦਾ ਆਤਮਕ ਰੰਗ ਹੈ ਉਹ ਇੱਥੇ ਝਲਕ ਰਿਹਾ, ਉਹ ਜਿਉਂਦਾ ਨਹੀਂ, ਜਾਹੋ ਜਲਾਲ ਚ। ਜਿਹੜੇ ਜਥੇਬੰਦੀਆਂ ਤੇ ਆ ਹੀ ਰਹੀਆਂ ਨੇ, ਸੰਤ ਮਹਾਂਪੁਰਸ਼ ਤੇ ਆ ਹੀ ਰਹੇ ਨੇ, ਪਰ ਜਿਹੜੇ ਉਹਨਾਂ ਦੇ ਨਾਲ ਕਿਰਤੀ ਸਿੱਖ, ਮਾਈ ਭਾਈ, ਬਜ਼ੁਰਗ, ਬੱਚੇ, ਜਿਹੜੇ ਸਮਾਵਾਂ ਆਪਣੇ ਆਪ ਉਹਨਾਂ ਲੰਗਰ ਦੇ ਵਿੱਚ ਗਰਮੀ ਦੇ ਵਿੱਚ ਵੇਖੋ ਆ ਕੇ, ਹਨਾ, ਬਿਰਧ ਅਵਸਥਾ ਵਾਲੇ ਬਜ਼ੁਰਗ ਤੇ ਮਾਈਆਂ ਵੀ, ਉਹ ਉਹੀ ਹੈ ਗੁਰੂ ਨਾਨਕ ਪਾਤਸ਼ਾਹ ਦੀ ਬਖਸ਼ਿਸ਼ ਵਾਲਾ ਰੰਗ। ਬੇਸ਼ੱਕ ਅੱਜ ਉਹ ਕਿਸੇ ਵੀ ਦੌਰ ਚੋਂ ਗੁਜ਼ਰ ਰਿਹਾ, ਉਹਦਾ ਨਰਾਦਰ ਹੋ ਰਿਹਾ, ਉਹਦੇ ਤੇ ਤਸ਼ੱਦਦ ਹੋ ਰਿਹਾ, ਉਹਨੂੰ ਬੰਦੀ ਬਣਾਇਆ, ਬੇਸ਼ੱਕ ਕਿਸੇ ਵੀ ਹਾਲਤ ਚ ਹੈ, ਪਰ ਇਹ ਇੱਕ ਸੰਘਰਸ਼ ਦਾ ਹੀ ਉਹ ਰੂਪ ਹੈ ਕਿ ਉਹਨੇ ਨਾ ਤਾਂ ਈਣ ਮੰਨੀ ਹੈ, ਨਾ ਉਹਨੇ ਹਾਰ ਮੰਨੀ ਹੈ, ਤੇ ਨਾ ਨਿਰਾਸ਼ ਹੈ। ਉਹ ਜਦੋਂ ਵੀ ਅਗਵਾਈ ਮਿਲਦੀ ਹੈ, ਜਦੋਂ ਵੀ ਕੋਈ ਚੈਣਗ ਨਜ਼ਰ ਆਉਂਦੀ ਹੈ ਪੰਥ ਨੂੰ, ਤੇ ਪੰਥ ਉੱਥੇ ਜਿਵੇਂ ਭੌਰਾ ਫੁੱਲ ਦੇ ਉੱਤੇ ਆ ਕੇ ਇਕੱਠਾ ਹੋ ਜਾਂਦਾ, ਉਹ ਇਕੱਠਾ ਹੁੰਦਾ, ਜਿੱਦਾਂ ਗੁਰੂ ਸਾਹਿਬ ਦੀ ਬਖਸ਼ਿਸ਼ ਹੋਈ, ਇਸੇ ਰੰਗ ਨੇ ਦੁਨੀਆਂ ਨੂੰ ਅਗਵਾਈ ਦੇਣੀ ਹੈ। ਆਮ ਸਧਾਰਨ ਸਿੱਖਾਂ ਦੇ ਵਿੱਚ ਬਿਲਕੁਲ ਕਿਸੇ ਤਰ੍ਹਾਂ ਦੀ ਨਿਰਾਸ਼ਾ ਨੀ, ਭੋਰੇ ਪਾਉਣਾ ਦੇ ਵਿੱਚ ਕੋਈ ਉਹਨਾਂ ਦੇ ਮਨਾਂ ਚ ਬੇਵਫਾਈ ਨੀ, ਇਹ ਹੁਣ ਆਗੂਆਂ ਤੇ ਡਿਪੈਂਡ ਕਰਦਾ, ਇਹ ਆਗੂਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਸੋਚਦੇ ਹੋ ਕਿ ਵੱਧ ਚੁੱਕੀ ਹੈ, ਬਿਨਾਂ ਸ਼ੱਕ ਜਿੱਡਾ ਐਲਾਨ ਕੀਤਾ ਜਾ ਚੁੱਕਾ ਹੈ ਉਹ ਤਾਂ ਉਹਨਾਂ ਨੇ ਆਪਣੇ ਆਪ ਹੀ ਇਹ ਜ਼ਿੰਮੇਵਾਰੀ ਹੈ ਜਿਹੜੀ ਉਹ ਤਾਂ ਪਹਿਲੇ ਦਿਨ ਜਦੋਂ ਐਲਾਨ ਹੋਇਆ, ਤੇ ਸਿੱਖ ਕੌਮ ਨੇ ਉਸੇ ਉਮੀਦ ਤੇ ਭਰੋਸੇ ਦੇ ਸਹਾਰੇ ਜਿਹੜਾ ਗੁਰੂ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਹੋਇਆ ਜਿਹੜਾ ਉਹ ਆਏ ਹੈ,
ਤੇ ਨਹੀਂ ਤਾਂ ਜਿਸ ਤਰ੍ਹਾਂ ਦੇ ਕੌਮ ਚ ਹਾਲਾਤ ਹੈ ਆਪਾਂ ਸਾਰੇ ਸਮਝਦੇ ਹੀ ਹੈਗੇ ਹਾਂ, ਜਿਸ ਕਰਕੇ ਨਿਰਾਸ਼ਾ ਦਾ ਦੌਰ ਚੱਲ ਰਿਹਾ ਕਿ ਉੱਪਰਲੇ ਪੱਧਰ ਤੇ ਨਹੀਂ, ਪਰ ਜੋ ਸਿੱਖਾਂ ਦੀਆਂ ਭਾਵਨਾਵਾਂ ਜੋ ਮੈਂ 3 ਦਿਨਾਂ ਚ ਦੇਖੀਆਂ ਉਹਦੇ ਮੁਤਾਬਕ ਇਹ ਹੈ ਵੀ ਜੇ ਅਗਵਾਈ ਮਿਲੇ ਤੇ ਅੱਜ ਵੀ ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜਕੇ ਵਾਲਾ ਜਿਹੜਾ ਦੌਰ ਹੈ ਉਹ ਦੂਰ ਨਹੀਂ ਗਿਆ ਸਾਡੇ ਵਾਸਤੇ। ਸੋ ਇਹ ਜਿਹੜੀਆਂ ਗੱਲਾਂ ਬਾਤਾਂ ਆਪਾਂ ਕੀਤੀਆਂ ਭਾਈ ਜਸਵੰਤ ਸਿੰਘ ਰੋਡੇ ਹੋਣਾ ਨਾਲ, ਇਹ ਗੱਲਾਂ ਬੜੀਆਂ ਗੰਭੀਰ ਇਹਨਾਂ ਨਾਲ ਜ਼ਿਕਰ ਹੋਇਆ ਜਿਹੜਾ ਗੱਲਾਂ ਬਾਤਾਂ ਦਾ, ਕਿਉਂਕਿ ਮੈਂ ਆਮ ਸਵਾਲ ਜਵਾਬ ਨਹੀਂ ਕੀਤੇ, ਤੁਸੀਂ ਵੀ ਮਹਿਸੂਸ ਕੀਤਾ ਹੋਊਗਾ। ਸੋ ਉਹੋ ਜਿਹੇ ਉੱਤਰ ਸਾਨੂੰ ਮਿਲੇ ਆ। ਸੋ ਇੱਥੇ ਤੁਸੀਂ ਵੇਖ ਰਹੇ ਹੋ ਕਿ ਬਰਗਾੜੀ ਦੇ ਵਿੱਚ ਮੋਰਚਾ ਜਾਰੀ ਆ। ਆਪਾਂ 3 ਕਾਗੂਆਂ ਨਾਲ ਗੱਲਬਾਤ ਜਿਹੜੀ ਇੱਥੇ ਕੀਤੀ ਆ, ਵੱਖ ਵੱਖ ਸਿੱਖਾਂ ਨਾਲ ਗੱਲਬਾਤ ਕੀਤੀ ਆ। ਸੋ ਜਿਹੜੀ ਜਿੱਥੇ ਵੇਖਣਾ ਹੋਊਗਾ ਕਿ 15 ਦਿਨ ਲੰਘ ਚੁੱਕੇ ਆ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਕੁਝ ਕੁ ਹਲਚਲ ਤਾਂ ਕੀਤੀ ਆ, ਇਸ ਗੱਲ ਤੋਂ ਇਨਕਾਰੀ ਨਹੀਂ ਆਪਾਂ ਵੀ, ਪਰ ਇਹ ਜਿਹੜੀ ਹਲਚਲ ਹੋਈ ਆ ਕਿਤੇ ਜਾ ਕੇ ਰੁਕ ਤਾਂ ਨਹੀਂ ਜਾਂਦੀ, ਜਾਂ ਕੋਈ ਉਸ ਦਾ ਰੂਪ ਜਿਹੜਾ ਠੰਡਾ ਤਾਂ ਨਹੀਂ ਹੋ ਜਾਂਦਾ, ਕੀ ਸਿੱਖਾਂ ਦੀਆਂ ਮੰਗਾਂ ਨੂੰ ਪਹਿਲਾਂ ਵਾਂਗ ਕਿਤੇ ਲਮਕਾ ਨਹੀਂ ਦਿੱਤਾ ਜਾਂਦਾ। ਸੋ ਅਜਿਹਾ ਤੌਖਲਾ ਵੀ ਬਰਕਰਾਰ ਹੈ ਸਿੱਖਾਂ ਦੇ ਵਿੱਚ, ਪਰ ਸਿੱਖਾਂ ਦਾ ਜਿਹੜਾ ਜਾਹੋ ਜਲਾਲ ਹੈ ਉਹ ਵੇਖਣ ਵਾਲਾ। ਸਿੱਖ ਸੰਗਤਾਂ ਜਦੋਂ ਲੰਗਰਾਂ ਦੇ ਵਿੱਚ ਸੇਵਾ ਕਰਦੀਆਂ, ਕੀਰਤਨ ਗੁਰੂ ਕਾ ਕਵੀਸ਼ਰੀ ਸੁਣਦੀਆਂ, ਆਪਣੇ ਆਗੂਆਂ ਦੇ ਬੋਲਾਂ ਨੂੰ ਕੰਨਾਂ ਦੇ ਨਾਲ ਮਨ ਚ ਵਸਾਉਂਦੀਆਂ, ਤੇ ਬੜਾ ਕੁਛ ਜਜ਼ਬਾ ਲੈ ਕੇ ਜਾਂਦੀਆਂ ਨੇ ਇੱਥੋਂ, ਮਾਵਾਂ ਭੈਣਾਂ ਬਜ਼ੁਰਗ ਬੱਚੇ ਨੌਜਵਾਨ ਹਰ ਇੱਕ ਕੌਮ ਦਾ ਵਰਗ ਜਿਹੜਾ ਵਾ ਇੱਥੋਂ ਕੁਛ ਨਾ ਕੁਛ ਲੈ ਕੇ ਜਾਂਦਾ, ਕਿ ਜਿਹੜੀਆਂ ਇੱਕ ਤਰ੍ਹਾਂ ਦੀਆਂ ਆਸਾਂ ਹੁੰਦੀਆਂ ਕਿ ਅਸੀਂ ਇਹ ਮੋਰਚਾ ਜਿੱਤਾਂਗੇ। ਮੈਂ ਜਥੇਦਾਰ ਭਾਈ ਧਿਆਨ ਸਿੰਘ ਮੰਡ ਹੋਣਾ ਤੇ 3 ਜਥੇਦਾਰਾਂ ਨਾਲ ਗੱਲਬਾਤ ਕਰਦੇ ਹਾਂ, ਜਥੇਦਾਰ ਰੋਡੇ ਸਨ, ਭਾਈ ਦਾਦੂਵਾਲ ਸਨ ਤੇ ਭਾਈ ਧਿਆਨ ਸਿੰਘ ਮੰਡ, 3 ਜਥੇਦਾਰਾਂ ਨਾਲ ਗੱਲਬਾਤ ਕਰਦੇ ਹਾਂ। ਅਕਸਰ ਇਹ ਵੀ ਗੱਲ ਤੇ ਗੱਲ ਮੁਕਾਈ ਸੀ ਕਿ ਜਦੋਂ ਜਿਹੜਾ ਇੱਥੇ ਦਾ ਭਾਰਤੀ ਤੰਤਰ ਆ ਉਹ ਸਿੱਖਾਂ ਨੂੰ ਜਿੱਤਣ ਨਹੀਂ ਦੇਣਾ ਚਾਹੁੰਦਾ, ਸਾਨੂੰ ਇਸ ਵੱਲ ਬੜੀ ਗੰਭੀਰਤਾ ਨਾਲ ਸੋਚਣਾ ਪਊਗਾ। ਨਾਲ ਦੀ ਨਾਲ ਇਹ ਵੇਖਣਾ ਵਾ ਕਿ ਮੋਰਚਾ, ਆਸ ਤਾਂ ਸਾਰੇ ਕਰਦੇ ਹਾਂ ਕਿ ਮੋਰਚਾ ਸਫਲ ਹੋਵੇ, ਪਰ ਜਿਹੜੀਆਂ ਪੰਥ ਦੀ ਦੋਖੀ ਤਾਕਤਾਂ ਹੁੰਦੀਆਂ, ਅਤੇ ਜਿਵੇਂ ਭਾਈ ਜਸਵੰਤ ਸਿੰਘ ਰੋਡੇ ਹੋਣਾ ਨਾਲ ਗੱਲਬਾਤ ਕੀਤੀ ਹੈ, ਜਿਹੜੀ ਮੂਲ ਰੂਪ ਚ ਜਦੋਂ ਗੱਲ ਛਿੜੀ ਆ ਕਿ 5.5 ਸਦੀਆਂ ਦਾ ਜਿਹੜਾ ਹਿੰਦੂਤਵੀ ਵਹਿਰ ਆ ਉਹ ਕੀ ਤੁਹਾਨੂੰ ਜੈਕਾਰੇ ਗਜਾ ਕੇ ਚਾਈ ਚਾਈ ਘਰ ਜਾਣ ਦੇਣਾ ਚਾਹੁੰਦਾ, ਕਿ ਜਾਂ ਫਿਰ ਤੁਹਾਨੂੰ ਸੰਘਰਸ਼ਸ਼ੀਲ ਹੀ ਰੱਖਣਾ ਚਾਹੁੰਦਾ, ਕਿ ਜਾਂ ਫਿਰ ਤੁਹਾਨੂੰ ਗੁਲਾਮੀ ਦਾ ਅਹਿਸਾਸ ਹੀ ਕਰਾਉਣਾ ਚਾਹੁੰਦਾ। ਇਹ ਜਿਹੜੇ ਉੱਤਰ ਨੇ ਇਹ ਸਾਰੇ ਸਮੇਂ ਦੇ ਗਰਭ ਦੇ ਵਿੱਚ ਪਏ ਹੋਇਆ, ਬਸ਼ਰਤੇ ਜਿਹੜੇ ਸਿੱਖਾਂ ਦੇ ਕੌੜੇ ਤਜਰਬੇ ਆ 1947 ਦੇ ਵਿੱਚ ਤੋਂ ਬਾਅਦ ਜਿਹੜੇ ਆ ਭਾਰਤ ਵਿੱਚ ਰਹੇ ਆ। ਸੋ ਫਿਰ ਵੀ ਆਸ ਕਰਦੇ ਹਾਂ ਸਿੱਖਾਂ ਦੀ ਇੱਕ ਮੁੜਤਾ ਕੋਈ ਨਾ ਕੋਈ ਰੂਪ ਜਿਹੜਾ ਵਾ ਉਸ ਨੂੰ ਫਲਸਰੂਪ ਕਰੂਗੀ। ਹੁਣ ਇੱਥੇ ਆਖਰ ਨੂੰ ਫਤਿਹ ਗਜਾਉਂਦੇ ਹਾਂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਇਹ ਕਿੰਨੇ ਦਿਨ ਚੱਲਦੀ ਹੈ, ਕਿਵੇਂ ਚੱਲ ਥੋੜਾ ਕਿੰਨਾ ਦਿਨ ਚੱਲੂਗਾ?